ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ 'ਤੇ ਲੁਧਿਆਣਾ ਵਿਖੇ ਅਸ਼ਵਨੀ ਸਹੋਤਾ ਦੀ ਅਗਵਾਈ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਪੰਜਾਬ ਭਾਰਤ ਭੂਸ਼ਣ ਅਤੇ ਬਲਕਾਰ ਸਿੰਘ ਸੰਧੂ ਮੇਅਰ ਲੁਧਿਆਣਾ ਅਤੇ ਹੋਰ ਕਈ ਨੇਤਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਦੁਨੀਆ ਦੇ ਕੋਨੇ ਕੋਨੇ 'ਤੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਅਤੇ ਇਸ ਵੇਲੇ ਅਸ਼ਵਨੀ ਸਹੋਤਾ ਜੀ ਅਤੇ ਬਾਬਾ ਦਾ ਸਾਰਿਆਂ ਨੇ ਇਕੱਠੇ ਬਹੁਤ ਸ਼ਾਨਦਾਰ ਜਿਹੜੀਆਂ ਝਾਕੀਆਂ ਹੈ ਜਿਨ੍ਹਾਂ ਨੇ ਯਾਤਰਾ ਹੈ ਉਹ ਹੁਣੀ ਉਹਦਾ ਸ਼ੁਭ ਆਰੰਭ ਕੀਤਾ ਹੈ ਅਤੇ ਇਹ ਦਿਨ ਮਨਾਉਣ ਦੇ ਮਕਸਦ ਇਹੀ ਆ ਵੀ ਭਗਵਾਨ ਵਾਲਮੀਕਿ ਜੀ ਦੇ ਜੋ ਬਾਣੀ ਆ ਜੋ ਦਿਖਾਇਆ ਹੋਇਆ ਰਾਸਤਾ ਉਹ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਜਨਰੇਸ਼ਨ ਆ ਉਹ ਉਹਨਾਂ 'ਤੇ ਅਮਲ ਕਰ ਸਕੇ ਤਾਂ ਹੀ ਜਿਹੜੇ ਉਹਨਾਂ ਦਾ ਇਹ ਸਮਾਜ ਬਣਾਉਣ ਦਾ ਸੁਪਨਾ ਹੈ ਉਹ ਪੂਰਾ ਹੋ ਸਕੇ ਅਤੇ ਇਸ ਕਰਕੇ ਅੱਜ ਦੇ ਦਿਨ 'ਤੇ ਊਚ ਨੀਚ ਅਮੀਰ ਗਰੀਬ ਸਭ ਪਾੜੇ ਅੱਜ ਬਹੁਤ ਮੈਂ ਸਮਝਦਾ ਖਤਮ ਵੀ ਹੋ ਚੁੱਕੇ ਆ ਪਰ ਹੋਰ ਇਹ ਚੀਜ਼ਾਂ ਜਿਹੜੀਆਂ ਕਿਤੇ ਵੀ ਜੇ ਇਹ ਪਣਪ ਰਹੀਆਂ ਤਾਂ ਅੱਜ ਦੇ ਸਮਾਜ 'ਚ ਇਹ ਚੀਜ਼ਾਂ ਖਤਮ ਹੋ ਜਾਣੀਆਂ ਚਾਹੀਦੀਆਂ ਤਾਂ ਹੀ ਸਾਡੇ ਮਕਸਦ ਆ ਜਿਹੜਾ ਇਹ ਦਿਨ ਮਨਾਉਣ ਦਾ ਉਹ ਪੂਰਾ ਹੋਏਗਾ ਅਤੇ ਅੱਜ ਸਾਰਾ ਦਿਨ ਵੱਖ ਵੱਖ ਸ਼ਹਿਰ 'ਚ ਯਾਤਰਾਵਾਂ ਚੱਲਣੀਆਂ ਅਤੇ ਕਈ ਯਾਤਰਾ ਦੇ ਵਿੱਚ ਸ਼ਾਮਿਲ ਹੋਣਾ ਮੈਂ ਸਮਝਦਾ ਸਾਰਾ ਸਮਾਜ ਅੱਜ ਖੁਸ਼ੀ ਨਾਲ ਅਮੰਗ ਨਾਲ ਉਹ ਰੰਗ 'ਚ ਗੁਰੂ ਦੇ ਝੂਮ ਰਿਹਾ। ਰਜਿਸਟਰ ਬਾਬਾ ਦਾਸ ਵੱਲੋਂ ਅੱਜ ਭਗਵਾਨ ਵਾਲਮੀਕਿ ਬ੍ਰਹਮਾਲਿਆ ਛਾਉਣੀ ਮਲੇ ਤੋਂ ਜੋ ਪਾਵਨ ਬ੍ਰਹਮ ਜੋਤੀ ਯਾਤਰਾ ਹੈ ਉਸਦਾ ਜਿਹੜਾ ਆਦਿ ਸ਼ੰਭੂਕ ਹੈ ਉਹ ਸਾਡੇ ਪਰਮ ਪੂਜਨੀਏ ਧੰਨ ਗੁਰੂ ਡਾਕਟਰ ਦੇਵ ਸਿੰਘ ਅਦਵੈਤੀ ਜੀ ਮਹਾਰਾਜ ਉਹਨਾਂ ਵੱਲੋਂ ਕੀਤਾ ਗਿਆ ਅਤੇ ਇਸਦਾ ਉਦਘਾਟਨ ਬਤੌਰ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਅਸ਼ਵਨੀ ਨੇ ਕੀਤਾ ਅਤੇ ਮੁੱਖ ਮਹਿਮਾਨ ਸਰ ਰਵਿੰਦਰ ਸਿੰਘ ਜੀ ਬਿੱਟੂ ਮੈਂਬਰ ਪਾਰਲੀਮੈਂਟ ਮੇਅਰ ਸਾਹਿਬ ਸੁਰਿੰਦਰ ਡਾਵਰ ਜੀ ਐਮਐਲਏ ਸਾਹਿਬ ਪੂਰੇ ਸਾਰੇ ਧਰਮਾਂ ਦੇ ਜਿਹੜੇ ਆਗੂ ਮਹਾਂਪੁਰਸ਼ ਨੇ ਉਹ ਸ਼ਾਮਿਲ ਹੋਏ ਇਹਦੇ ਨਾਲ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੌਂਸਲ ਸਾਹਿਬਾਨ ਨੇ ਉਹਨਾਂ ਰਕੇਸ਼ ਪਾਂਡੇ ਜੀ ਦਾ ਬੇਟਾ ਅਤੇ ਉਹ ਸਮੁੱਚੀ ਜਿਹੜੀ ਟੀਮ ਹੈ ਅਤੇ ਸਾਰੇ ਜਿਹੜੇ ਵੀਰ ਅੱਜ ਭਾਰਤੀ ਜਨਤਾ ਪਾਰਟੀ ਤੋਂ ਕਾਂਗਰਸ ਤੋਂ ਜਿਹੜੇ ਵੀਰ ਸ਼ਾਮਿਲ ਹੋਏ ਆ ਜੀ ਸਾਰਿਆਂ ਦਾ ਦਿਲ ਦੇ ਗ੍ਰਹਿ ਤੋਂ ਧੰਨਵਾਦ ਕਰਦੇ ਹਾਂ ਅਤੇ ਅੱਜ ਦੇ ਦਿਨ ਦੀ ਸਾਰਿਆਂ ਨੂੰ ਲੱਖਾਂ ਮੁਬਾਰਕਾਂ ਦਿੰਦੇ ਹਾਂ। ਧੰਨਵਾਦ ਜਾਣਾ।